ਚੱਲ ਵੀ ਯੋਧੇ ਪਾ ਕਬੱਡੀ ਨੌਜਵਾਨ ਯੋਧੇ ਕਾਕੇ ਦੀ ਕਬੱਡੀ ਪੈਣ ਜਾ ਰਹੀ ਹੈ ਭਾਜੀ ਗਰਾਊਂਡ ਤੋਂ ਬਾਹਰ ਪਲੀਜ਼ ਪਲੀਜ਼ ਸਾਰੇ ਦੇਖਦੇ ਆ ਲਾਈਨ ਤੋਂ ਪਿੱਛੇ ਠੀਕ ਹੈ ਧੰਨਵਾਦ ਜੀ ਲਾਈਨ ਤੋਂ ਪਿੱਛੇ ਮੇਰੇ ਵੀਰ ਸਾਡੇ ਸਤਿਕਾਰਯੋਗ ਗੋਪਾ ਬੈਂਸ ਜੀ ਵੱਡੇ ਮਾਣ ਪੰਜਾਬੀ ਬੋਲਾਂ ਦੇ ਭੇਜਿਆ ਵੀ ਲੱਖਿਆ ਕਮਾਲ ਹੋ ਜੂ ਮੇਰੇ ਵੀਰਿਆ ਇਧਰਲੇ ਪਾਸੇ ਕੋਠੇ ਜੱਟਾਂ ਵਾਲੇ ਲੱਖੇ ਦੀ ਖੇਡ ਨੂੰ ਜਿਹੜੇ ਪਿਆਰ ਕਰਦੇ ਤਾੜੀਆਂ ਖੁੱਲ ਕੇ ਮਾਰਦੇ ਮੇਰੇ ਪੰਜਾਬੀ ਵੀਰੋ ਉਧਰਲੇ ਪਾਸੇ 100 1000 ਰੁਪਈਆ ਪੰਮ ਢੀਂਡਸੇ ਨੇ ਉਂਗਲ ਖੜੀ ਕੀਤੀ ਆ ਬਈ ਲੱਖੇ ਦੇ ਜੱਫੇ ਦਾ 1000 ਜਿਹੜਾ ਜੋਬਨ ਟਰਕਿੰਗ ਐਡਮੈਂਟਨ ਕੈਨੇਡਾ ਵਾਲਿਆਂ ਵੱਲੋਂ ਹੈ ਇਹ ਵੱਡੇ ਮਾਣ ਦਿੱਤੇ ਜਾਣਗੇ ਗੋਪਾ ਬੈਂਸ ਦੀਪਾ ਖੱਖ ਗੋਲਡੀ ਸਹੂਤਾ ਵੱਡੇ ਮਾਣ ਭੇਜਦੇ ਨੇ ਪੰਜਾਬੀ ਹਾਂਜੀ ਤਾਜ ਕਾਲਕੜ ਜੀ USA ਵਾਲੇ ਲੱਖੇ ਵਾਸਤੇ 500 ਦੇ ਮਾਣ ਭੇਜੇ ਆ ਵੀ ਕੰਨੂ ਫੜੀ ਵੀ ਮਾਰਦੇ ਗੱਫੇ ਜਿਹੜੇ ਆ ਇਹ ਪਿਆਰ ਦਿੱਤਾ ਜਾ ਰਿਹਾ ਤਾਜ ਕਾਲਕੜ ਜੀ USA ਵਾਲੇ ਵੱਡੇ ਮਾਣ ਭੇਜਦੇ ਨੇ ਉਧਰਲੇ ਪਾਸੇ ਹੀਰਾ ਤਲਵੰਡੀ ਚੌਧਰੀਆਂ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਆ ਕਿ ਬੱਲੇ ਉਹ ਸ਼ੇਰ ਜਵਾਨਾ ਖੇਡੀ ਦਾ ਵਿੱਚ ਮੈਦਾਨਾ ਉਧਰਲੇ ਪਾਸੇ ਪਾਲ ਸਿੰਘ ਜੀ ਕਰਨਗੇ ਫੈਸਲਾ ਵੀ ਨੰਬਰ ਜਾਫੀ ਦਾ ਬਈ ਬਈ ਰੈਫਰੀ ਦਾ ਫੈਸਲਾ ਭਾਜੀ ਪਿੱਛੇ ਹੋ ਰਿਹਾ ਮਿਹਰਬਾਨੀ ਰੈਫਰੀ ਦਾ ਫੈਸਲਾ ਤੁਹਾਡੇ ਲਈ ਵੀ ਸੇਮ ਆ ਪਿੱਛੇ ਆ ਬਾਹਰ ਕੋਈ ਬੰਦਾ ਗਰਾਊਂਡ ਦੇ ਵਿੱਚ ਨਾ ਵੜੇ ਜਿਹੜੀ ਰੈਫਰੀ ਦੀ ਜੱਜਮੈਂਟ ਆ ਉਹ ਤੁਹਾਡੇ ਲਈ ਵੀ ਸੇਮ ਆ ਉਹਨਾਂ ਲਈ ਵੀ ਸੇਮ ਆ ਦੂਜੇ ਦੇ ਪਾਲੇ ਦੇ ਵਿੱਚ ਗਰਾਊਂਡ ਤੋਂ ਬਾਹਰ ਖਾ ਨਹੀਂ ਜਾਣਾ ਕਿਸੇ ਵੀ ਪਲੇਅਰ ਨੇ ਦੂਜੇ ਪਾਸੇ ਨੰਬਰ ਦਿੱਤਾ ਜਾਊਗਾ ਜੇ ਦੂਜੀ ਗਰਾਊਂਡ ਦੇ ਵਿੱਚ ਕੋਈ ਵੀ ਗਿਆ ਅਮਰੀਕ ਸਿੰਘ ਜੀ ਨਿੱਜਰ ਸਾਹਿਬ ਨਿਊਜ਼ੀਲੈਂਡ ਵਾਲੇ 500 ਰੁਪਇਆ ਲੱਖੇ ਵਾਸਤੇ ਤੇ ਪੰਜਾਬੀ ਬੋਲਾਂ ਦਾ ਵੀ ਵੱਡਾ ਮਾਨ ਸਰਦਾਰ ਅਮਰੀਕ ਸਿੰਘ ਜੀ ਨਿੱਜਰ ਸਾਹਿਬ ਨੂੰ ਭੇਜਦੇ ਆ ਬੇ ਕੰਨੂ ਨੂੰ ਬੇਨਤੀ ਵੀ 500 ਲੱਖੇ ਵਾਸਤੇ ਪੁੱਜਿਆ ਅਮਰੀਕ ਸਿੰਘ ਜੀ ਨਿੱਜਰ ਨੰਗਲ ਸਰਾਲੇ ਪਿੰਡ ਵਾਲੇ ਵੱਡਾ ਮਾਨ ਭੇਜਦੇ ਧੰਨਵਾਦ ਆ ਸਤਿਕਾਰਯੋਗ ਨਿਊਜ਼ੀਲੈਂਡ ਤੋਂ ਪੁੱਜੇ ਜਿੱਥੇ ਗੋਪੇ ਬੈਂਸ ਦੀਆਂ ਗੱਲਾਂ ਹੁੰਦੀਆਂ ਤੇ ਇਧਰਲੇ ਪਾਸੇ ਅਮਰਤਾ ਉਧਰਲੇ ਪਾਸੇ ਟਾਈਗਰ ਲਵ ਕਾਲਾ ਤੇ ਉਧਰਲੇ ਪਾਸੇ ਖੇਡ ਮੈਦਾਨ ਵਿੱਚ ਟਾਈਗਰ ਲਾਉਂਦਾ ਜੱਫਾ ਮੇਰੇ ਵੀਰੋ ਬਈ ਖੇਡ ਮੈਦਾਨ ਵਿੱਚ ਸਵਾਦ ਆ ਗਿਆ ਤਾੜੀਆਂ ਖੁੱਲ ਕੇ ਵੱਜਣੀਆਂ ਚਾਹੀਦੀਆਂ ਮੇਰੇ ਵੀਰੋ ਬਈ ਅੱਜ ਆਦਮਪੁਰ ਦਾ ਖੇਡ ਮੇਲਾ ਵੱਡੇ ਪੱਧਰ ਤੇ ਚੱਲ ਰਿਹਾ ਹੈ ਬਈ ਦਰਸ਼ਕ ਵੀਰੋ ਜੇ ਕਬੱਡੀ ਦਾ ਸਵਾਦ ਆ ਰਿਹਾ ਤੇ ਪ੍ਰਬੰਧਕਾਂ ਦੇ ਨਾਂ ਦੇ ਇੱਕ ਵਾਰ ਖੁੱਲ ਕੇ ਤਾੜੀ ਲਾ ਦਿਓ ਸਾਰੇ ਵੀਰ ਕਿਉਂਕਿ ਪ੍ਰਬੰਧਕਾਂ ਨੇ ਵੱਡਾ ਉਦਮ ਕੀਤਾ ਇਸ ਖੇਡ ਮੇਲੇ ਨੂੰ ਸਫਲ ਕਰਨ ਵਾਸਤੇ ਪ੍ਰਬੰਧਕਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾ ਰਿਹਾ ਚੱਲ ਵੀ ਖੋਜੇਵਾਲ ਦੇ ਮੁੰਨੇ ਨੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾਈ ਹੋਈ ਹੈ ਸੈਮੀ ਫਾਈਨਲ ਦਾ ਮੈਚ ਬੜੇ ਚੋਟੀ ਦਾ ਉਧਰਲੇ ਪਾਸੇ ਬਿੰਦੂ ਦੇਖਦੇ ਵੀ ਜੱਗਾ ਹਰੀਪੁਰੀਆ ਵੀ ਤਿਆਰ ਬਰ ਤਿਆਰ ਹੈ ਮੇਘੋਵਾਲ ਦੇ ਨੌਜਵਾਨ ਬਿੰਦੂ ਨੇ ਕੋਸ਼ਿਸ਼ ਕੀਤੀ ਹੈ ਉਧਰਲੇ ਪਾਸੇ ਬੱਲੇ ਬੱਲੇ ਨੌਜਵਾਨ ਆਓ ਖੋਜੇ ਵਾਲੀ ਆ ਮੁੰਨਾ ਆਪਣੀ ਟੀਮ ਦੇ ਲਈ ਇੱਕ ਨੰਬਰ ਦਾ ਖੇਡ ਮੈਦਾਨ ਦੇ ਵਿੱਚ ਵਾਧਾ ਕਰਦਾ ਹੋਇਆ ਬਹੁਤ ਚੋਟੀ ਦਾ ਮੈਚ ਆ ਜੋਬਨ ਐਡਮੈਂਟਨ ਕੈਨੇਡਾ ਵਾਲੇ ਜੋ ਇਸ ਟੀਮ ਨੂੰ ਸਪੋਰਟ ਕਰ ਰਹੇ ਨੇ ਪ੍ਰਮੋਟ ਕਰ ਰਹੇ ਨੇ ਵੱਡੇ ਮਾਣ ਦਿੱਤੇ ਜਾ ਰਹੇ ਨੇ ਗੋਪੇ ਬੈਂਸ ਹੋਣਾ ਵੱਲੋਂ ਵੀ ਵੱਡਾ ਮਾਣ ਪੰਜਾਬੀ ਬੋਲਾਂ ਦਾ ਪੁੱਜਿਆ ਅਮਰੀਕ ਸਿੰਘ ਜੀ ਨਿੱਜਰ ਸਾਹਿਬ ਹੋਣਾ ਨੇ ਜਿਹੜੇ ਨਿਊਜ਼ੀਲੈਂਡ ਦੇ ਵਸਨੀਕ ਨੇ ਉਹਨਾਂ ਨੇ ਵੀ ਵੱਡਾ ਮਾਣ ਦਿੱਤਾ ਧੰਨਵਾਦ ਹੈ ਤੇ ਇਧਰਲੇ ਪਾਸੇ ਨੌਜਵਾਨ ਗੱਭਰੂ ਖੇਡ ਮੈਦਾਨ ਦੇ ਵਿੱਚ ਜੋਤੀ ਆ ਆਹ ਉੱਪਰ ਹੀਰਾਂ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਆਹ ਲੱਖਿਆ ਨਹੀਂ ਹੋ ਰਹੀ ਸੈਂਡਵਾਨਾ ਵੀ ਲੱਖੇ ਦੀ ਖੇਡ ਨੂੰ ਦੁਨੀਆ ਪਿਆਰ ਕਰਦੀ ਹੈ ਸੋ ਅੱਜ ਵੀ ਵੱਡੇ ਮਾਣ ਤਾਜ ਕਾਲਕੜ ਨੇ ਦਿੱਤੇ ਆ ਉਧਰਲੇ ਪਾਸੇ ਪੰਮ ਢੀਂਡਸੇ ਨੇ ਵੱਡੇ ਮਾਣ ਦਿੱਤੇ ਆ ਮਲਕੀਤ ਸਿੰਘ ਦੌਲਤਪੁਰ ਭਗਵੰਤ ਸਿੰਘ ਜੀ ਦੌਲਤਪੁਰ ਵੱਡੇ ਮਾਣ ਕਰ ਰਹੇ ਨੇ ਖਿਡਾਰੀਆਂ ਦੇ ਆਓ ਹੀਰਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਵਾਸਤੇ ਵਧਿਆ ਹੋਇਆ ਹੀਰਾ ਤਲਵੰਡੀ ਚੌਧਰੀਆਂ ਦਾ ਜ਼ਿਲ੍ਹੇ ਕਪੂਰਥਲੇ ਦਾ ਗੱਭਰੂ ਇਸ ਵੇਲੇ ਕਬੱਡੀ ਪਾ ਰਿਹਾ ਉਧਰਲੇ ਪਾਸੇ ਆਓ ਦੇਖਾਂ ਵੀ ਬਿੱਟੂ ਕੋਸ਼ਿਸ਼ ਕਰ ਰਿਹਾ ਖੇਡ ਮੈਦਾਨ ਦੇ ਵਾਹ ਵੀਰੇ ਸਵਾਦ ਆ ਤੇ ਤਾੜੀਆਂ ਖੁੱਲ ਕੇ ਮਾਰ ਦਿਓ ਆਓ ਹੀਰੇ ਵਾਸਤੇ ਮੇਰੇ ਵੀਰੋ ਇਹ ਤਲਵੰਡੀ ਚੌਧਰੀਆਂ ਦਾ ਹੀਰਾ ਆਪਣੀ ਟੀਮ ਦੇ ਖਾਤੇ ਦੇ ਵਿੱਚ ਨੰਬਰ ਜੋੜਦਾ ਹੋਇਆ ਜਗੀਰ ਸਿੰਘ ਦੀ ਵਾਹੀ ਸਾਹਿਬ ਪ੍ਰਧਾਨ ਕਹਿੰਦੇ ਵੀ ਦੁਸਹਿਰੇ ਦੇ ਖੇਡ ਮੇਲੇ ਤੇ ਵੱਡੇ ਮਾਣ ਕਰਦੇ ਧੰਨਵਾਦ ਹੈ ਜਗੀਰ ਸਿੰਘ ਦੀ ਵਾਹੀ ਸਾਹਿਬ ਉਹਨਾਂ ਦਾ ਵੀ ਤੇ ਉਧਰਲੇ ਪਾਸੇ ਯੋਧਾ ਘੱਸ ਪਿੰਡ ਦਾ ਯੋਧੇ ਦੀ ਕਬੱਡੀ ਹੈ ਲਵ ਸਾਂਦਰੇ ਦਾ ਲੱਖਾ ਟਾਈਗਰ ਤੇ ਕਾਲਾ ਤਿਆਰ ਬਰ ਤਿਆਰ ਹੈ ਮੇਰੇ ਵੀਰੋ ਕਿਹੜਾ ਲਵ ਜੱਫਾ ਖੇਡ ਮੈਦਾਨ ਦੇ ਵਿੱਚ 30 ਸੈਕਿੰਡ ਦੇ ਸਮੇਂ ਦੀ ਗੱਲ ਹੈ ਵੀ ਲਵ ਤੇ ਉਧਰਲੇ ਪਾਸੇ ਨੰਬਰ ਜਾਫੀ ਦਾ ਨੰਬਰ ਜੋਬਨ ਟਰਕਿੰਗ ਐਡਮੈਂਟਨ ਕੈਨੇਡਾ ਵਾਲਿਆਂ ਦੀ ਟੀਮ ਦੇ ਖਾਤੇ ਦੇ ਵਿੱਚ ਨੌਜਵਾਨ ਦੇ ਨੰਬਰ ਦਾ ਵਾਧਾ ਕੀਤਾ ਹੋਇਆ
चल भी अगली कबड्डी खेड मैदान खोजेवाल के मुन्ने की है, मुन्ना खेड मैदान अगली कबड्डी पाने वास्ते वाधा होया कि पैंदियां ने रेडां यारो चढ़ चढ़ के कि देखदा जमाना यारो फड़ फड़ के। आलमगीर साहब अगली अगली टीम नूं अनाउंस करो। अगला मैच जथेदार मलकीत सिंह दौलतपुर वालों की टीम खेडेगी, एक पासे ट्रिपले दी ते दूसरे पासे टीम सुरखपुर दी है। ये सैमीफाइनल मैच होना है, टीम खेड मैदान आउणगियां सुरखपुर ते ट्रिपला, दोनों टीम अगले सैमीफाइनल दी है तैयारी करके खेड मैदान आउण। उतो अगली 70 किलो वाली जिहड़ी फाइनल, उस तो बाद 70 फाइनल मैच होगा, यह भी टीम तैयारी रखन। इधरले पासे कबड्डी अमृत ने पाई हुई है, किंदा सरपंच मंड वाला भी देख रहा सुखा संघवाल और साढ़े बहुत ही सत्कारयोग गोपे मैं सुना बोलो बड़े मान जिते खिलाड़ियों वास्ते पुजते हैं, मैं उन्होंने भी धन्यवाद करता। अमृत की कबड्डी लखा बी आओ हल्की सट महसूस करता नौजवान, सामभ्यो भी नौजवान स्प्रे पहुंच भी कर दौ मेरे वीर, हल्की जी सट महसूस करता है। तो अगली जी कबड्डी है किड़े नौजवान की हो खेड मैदान ये भी समय दिया गल्ला होणगीआं मेरे वीरो। पहला सैमीफाइनल मैच खेड मैदान खेडिया जा रहा है, शेरे पंजाब स्पोर्ट्स क्लब आदमपुर की टीम है और दूसरे पासे टीम जोबन ट्रैकिंग एडमंटन कनेडा वालों की टीम खेड रही है। बड़ा तकड़ा मैच खेड मैदान खेडिया जा रहा है दोनों टीमों के दरमियान। आओ सुरखपुर की टीम से ट्रिपले की टीम जल्द पुजे मैदान, सुरखपुर से ट्रिपला सैकेंड सैमीफाइनल मैच खेड मैदान खेडिया जाना, दोनों टीमों के खिलाड़ी बिना किसी देरी तो तैयारी करके खेड मैदान आउण। उधरले पासे हीरा भाई नंबर जगीर सिंह जी वाही साहब लाइन तो इशारा करते भी नंबर रेडर का नंबर इस वेले जोबन ट्रकिंग एडमंटन वालों की टीम के खाते है। ज्योति दी है जेड़ा लाइनमैन ते रेफरी फैसला दिंदे आ उहनूं लास्ट फैसला मन्निया जाऊगा मेरे वीरो। लखा कोठे जट्टां दा मेरे वीरो वधिया खिडारी है। अगली टीम बोल सुरखपुर ते ट्रिपला, अगले मैच दीआं टीमां ने सुरखपुर ते ट्रिपला, यह भी दोनों टीमां तैयारी करके मैदान दे विच आ जाओ। आओ सुखदेव टाइगर है एक पासे, आओ ज्योति टाइगर कहते भी अधिकारे पिंड समा खत्म हो गया नंबर जाफरी का, वाह भाई टाइम समा कि समय वाली घड़ी किस चंद्रे ने घड़ी एक पल भी ना मुड़ी पिछा भाई नंबर। आओ एडमंटन वालों की टीम के खाते में जुड़ गया मेरे वीर। तो इधरले पासे मुन्ना खोजेवाल का खेड मैदान भी कबड्डी पा रहा है कि खेड नहीं कबड्डी है खेडा विचों वड्डीए किने तेरा रखे आई ना। उधरले पासे बिट्टू पुर हीरा वाला के तीली तो बन गया लौंग, लौंग तो कोका बन गया नहीं के तीली तो बन गया लौंग, लौंग तो कोका बन गया नहीं नंबर इस वेले शेरे पंजाब स्पोर्ट्स क्लब की टीम का। अगले टीम आलमगीर साहब बुलाओ, कोई टीम सपोर्ट नहीं कर रही। अगले मैच दी टीम ट्रिपले की टीम ते सुरखपुर की टीम, दोनों टीम जल्दी तो जल्दी खेड मैदान आउणगियां। ट्रिपला ते सुरखपुर दोनों टीम खेड मैदान आउण बिना किसी देरी तो। नंबर धावी का अद्धा समा खत्म हो गया इस मैच का, सो बेनती है भाई सुरखपुर की टीम ते ट्रिपले की टीम के खिलाड़ी बिना किसी देरी तो तैयारी करके खेड मैदान आ जाण। दूसरा सैमीफाइनल भी बड़ा चोटी का खेडिया जाना है, 11 ते 5 नंबर ने इस मैच दे। मैच चलना अगला मैच टीम हले तक नहीं आईया। हाँ जी मैं बेनती करदा भी कमेटी वालों बार बार सद्दे ने अगले मैच दी टीम का पॉइंट। शेरे पंजाब स्पोर्ट्स क्लब दे 5 नंबर ते जोबन ट्रिकिंग एडमंटन कनेडा वालों के 11.5 नंबर, सो जल्दी तो जल्दी टीम मैदान के आओ। हाँ जी सैकेंड सैमीफाइनल तो बाद 70 का फाइनल खेडिया जाएगा, यह भी टीम तैयारी कर लेना।
70 ਦੇ ਫਾਈਨਲ ਦੀਆਂ ਟੀਮਾਂ ਵੀ ਤਿਆਰੀ ਕਰ ਲਓ ਜੀ ਜਲਦੀ। ਯੋਧਾ ਘੱਸ ਪਿੰਡ ਦਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਵਾਸਤੇ ਵਾਧਾ ਹੋਇਆ। ਮਾਝੇ ਦੀ ਧਰਤੀ ਦਾ ਨੌਜਵਾਨ ਯੋਧਾ ਇੱਕ ਪਾਸੇ ਲੱਖਾਂ ਕੇਂਦਰੀ ਹੁਸ਼ਿਆਰਪੁਰੀ ਆ, ਕੋਠੇ ਜੱਟਾਂ ਵਾਲਾ ਦੁਨੀਆ ਦਾ ਚਹੇਤਾ ਖਿਡਾਰੀ ਆ, ਜਿਹਨੇ ਜਫੇ ਭਰਨੇ ਖੇਡ ਮੈਦਾਨ ਦੇ ਵਿੱਚ। ਲਵ ਸਾਂਦਰੇ ਵਾਲਾ ਕਾਲਾ ਤੇ ਸੁਖਦੇਵ ਆ ਮੇਰੀ ਵੀਰੇ ਉੱਥੇ ਨੰਬਰ ਧਾਰੀ ਦਾ ਨੰਬਰ ਸ਼ੇਰੇ ਪੰਜਾਬ ਸਪੋਰਟਸ ਕਲੱਬ ਆਦਮਪੁਰ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ। ਚੱਲ ਵੀ ਹੀਰਾ ਪਾ ਕਬੱਡੀ ਨੌਜਵਾਨ ਹੀਰਾ ਤਲਵੰਡੀ ਚੌਧਰੀਆਂ ਵਾਲਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਵਾਸਤੇ ਵਾਧਾ ਹੋਇਆ। ਬਈ ਹੀਰੇ ਦੀ ਖੇਡ ਵੀ ਐਨ ਹੀਰੇ ਵਰਗੀ ਹੈ, ਜਿਹਨੇ ਹੁਣ ਕਬੱਡੀ ਪਾ ਦਿੱਤੀ ਹੈ ਖੇਡ ਮੈਦਾਨ ਦੇ ਵਿੱਚ। ਬਈ ਜੱਗਾ ਹਰੀਪੁਰੀ ਆ ਇੱਕ ਪਾਸੇ ਹੈ, ਬਿੰਦੂ ਮੇਘੋ ਵਾਲੀ ਆ ਦੂਸਰੇ ਪਾਸੇ ਹੈ, ਪਿਪਲੀ ਵੀ ਤਿਆਰ ਹੈ ਤੇ ਉਧਰੇ ਪਾਸੇ ਪੁਰ ਹੀਰਾਂ ਦਾ ਬਿੱਟੂ। ਪਰ ਆਓ ਬਿੰਦੂ ਮੇਘੋ ਵਾਲੀ ਆ ਇਹਦੇ ਨਾਲ ਟੱਚ ਮਾਰ ਕੇ ਨੌਜਵਾਨ ਹੀਰਾ ਤਲਵੰਡੀ ਚੌਧਰੀਆਂ ਦਾ ਆਪਣੀ ਟੀਮ ਵਾਸਤੇ ਨੰਬਰ ਜੋੜ ਗਿਆ। ਇਧਰਲੇ ਪਾਸੇ ਨੌਜਵਾਨ ਜੋਤੀਪੁਰ ਹੀਰਾਂ ਵਾਲਾ ਅਗਲੀ ਕਬੱਡੀ ਪਾ ਰਿਹਾ। ਬਈ ਜੋਤੀ ਨੂੰ ਕੌਣ ਦੱਕੂ ਖੇਡ ਮੈਦਾਨ ਦੇ ਵਿੱਚ, ਇਹ ਵੀ ਗੱਲਾਂ ਸਮੇਂ ਦੀਆਂ ਹੋਣਗੀਆਂ। ਆਓ ਇੱਕ ਪਾਸੇ ਲਵ, ਦੂਸਰੇ ਪਾਸੇ ਲੱਖਾਂ। ਅਗਲੇ ਆਲਮਗੀਰ ਸਾਹਿਬ, ਅਗਲੀ ਟੀਮ ਕਿਸੇ ਨੇ ਵੀ ਰਿਪੋਰਟ ਨਹੀਂ ਕੀਤਾ ਆਪਾਂ, ਅਗਲੇ ਟੀਮ ਨੂੰ ਰਿਪੋਰਟ ਕਰਾਓ ਪਲੀਜ਼। ਹਾਂਜੀ, ਸੁਰਖਪੁਰ ਤੇ ਟ੍ਰਿਪੱਲਾ ਗਾਲਡ ਕੱਢੀ ਗਰਾਊਂਡ ਦੇ ਵਿੱਚ ਪਲੀਜ਼। ਸੁਰਖਪੁਰ ਤੇ ਟ੍ਰਿਪੱਲੇ ਦੀ ਟੀਮ, ਰਾਜ ਕੁਮਾਰ ਹੁਣਾਂ ਦਾ ਵੀ ਧੰਨਵਾਦ ਹੈ। ਉੱਗੇ ਸਮਾਜ ਸੇਵਕ ਵੀ ਨੇ, ਵੱਡਾ ਪਿਆਰ ਕਰਦੇ ਨੇ ਖਿਡਾਰੀਆਂ ਦੇ ਨਾਲ। ਜਥੇਦਾਰ ਮਲਕੀਤ ਸਿੰਘ ਜੀ ਦੌਲਤਪੁਰ ਉਹਨਾਂ ਦੇ ਨਾਲ ਡਾਢੇ ਪਿਆਰ ਨੇ। ਇਸ ਖੇਡ ਮੇਲੇ ਦੇ ਵਿੱਚ ਵੀ ਵੱਡਾ ਯੋਗਦਾਨ ਦਿੱਤਾ ਗਿਆ। ਰਾਜ ਕੁਮਾਰ ਪਾਲ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਬਈ ਜੱਗਾ ਹਰੀਪੁਰੀ ਹੈ ਖੇਡ ਮੈਦਾਨ ਦੇ ਵਿੱਚ, ਮੇਜਰ ਸਿੰਘ ਦੇ ਪੁੱਤਰ ਨੇ ਹੁਣ ਜਫਾ ਲਾਉਣ ਦਾ ਯਤਨ ਕੀਤਾ। ਹਾਂਜੀ, 500 ਰੁਪਇਆ ਜੱਗੇ ਵਾਸਤੇ ਜਥੇਦਾਰ ਮਲਕੀਤ ਸਿੰਘ ਜੀ ਦੌਲਤਪੁਰ ਵਾਲਿਆਂ ਵੱਲੋਂ ਮਾਨ ਸਨਮਾਨ ਦਿੱਤਾ ਜਾਵੇਗਾ। ਜੱਗੇ ਵਾਸਤੇ ਦੌਲਤਪੁਰੀ ਮਲਕੀਤ ਸਿੰਘ ਵੱਲੋਂ ਵੱਡੇ ਮਾਣ ਹੋਣਗੇ। ਭਗਵੰਤ ਸਿੰਘ ਡਾਇਰੈਕਟਰ ਹੁਣਾਂ ਦੀ ਟੀਮ ਜਿਹੜੀ ਹੈ ਉਹ ਅਗਲਾ ਮੈਚ ਖੇਡੇਗੀ। 500 ਡਾਇਰੈਕਟਰ ਸਾਹਿਬ ਵੱਲੋਂ ਵੀ ਹੈ ਤੇ ਸਾਡਾ ਥਾਣਾ ਵੀਰ ਦੌਲਤਪੁਰੀ ਹੈ ਉਹਦੇ ਵੱਲੋਂ ਵੀ 500 ਹੈ। ਜੱਗੇ ਵਾਸਤੇ ਵੱਡੇ ਮਾਣ ਦਿੱਤੇ ਜਾਣਗੇ। ਸੋ ਬਹੁਤ ਵਧੀਆ ਮੈਚ ਖੇਡਿਆ ਜਾ ਰਿਹਾ। ਬਮ ਢੀਂਡਸਾ ਵੀ ਵੱਡੇ ਮਾਣ ਕਰ ਰਿਹਾ। ਅਮਨ ਢੀਂਡਸਾ ਕਨੇਡਾ ਤੋਂ ਲਾਈਵ ਤੱਕ ਰਿਹਾ ਵੀ ਉਹਨਾਂ ਦੀ ਸਪੌਂਸਰ ਕੀਤੀ ਟੀਮ ਇਸ ਵੇਲੇ ਖੇਡ ਮੈਦਾਨ ਵਿੱਚ ਖੇਡ ਰਹੀ ਹੈ। ਹੀਰੇ ਨੇ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾ ਦਿੱਤੀ ਹੈ। ਹੁਣ ਦੇਖਦੇ ਹਾਂ ਬਈ ਜ਼ਿਲ੍ਹੇ ਕਪੂਰਥਲੇ ਦੇ ਨੌਜਵਾਨ ਨੂੰ ਕਿਹੜਾ ਡੱਕਣ ਦੀ ਕੋਸ਼ਿਸ਼ ਕਰਦਾ। ਵਾਹ ਬਿੱਟੂ ਤੇ ਨੰਬਰ ਰੇਟਰ ਦੇ ਖਾਤੇ ਹੈ। ਕਹਿੰਦੇ ਵੀ ਪਹਿਲਾਂ ਟੱਚ ਪਿਪਲੀ ਨਾਲ ਹੋ ਗਿਆ ਤੇ ਜੱਫਾ ਬਿੱਟੂ ਨੇ ਭਰਿਆ, ਇਸ ਕਰਕੇ ਨੰਬਰ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ। ਚੱਲ ਵੀ ਯੋਧਾ ਪਾ ਕਬੱਡੀ ਨੌਜਵਾਨ ਹੈ, ਯੋਧਾ ਘੱਸ ਪਿੰਡ ਦਾ ਨੌਜਵਾਨ। ਕਹਿੰਦੇ ਵੀ ਬਾਰਡਰ ਦੇ ਏਰੀਏ ਦਾ ਖਿਡਾਰੀ ਆ, ਪਾਕਿਸਤਾਨ ਦੇ ਬਾਰਡਰ ਤੇ ਘੱਸ ਪਿੰਡ ਪੈਂਦਾ ਹੈ ਜਿੱਥੋਂ ਦੇ ਯੋਧੇ ਦੀ ਗੱਲ ਪੰਜਾਬ ਦੇ ਵੱਡੇ ਖੇਡ ਮੇਲਿਆਂ ਦੇ ਵਿੱਚ ਹੁੰਦੀ ਹੈ। ਬਈ ਯੋਧਾ ਕਬੱਡੀ ਪਾ ਰਿਹਾ। ਲਵ ਸਾਂਦਰੇ ਵਾਲਾ ਕੋਸ਼ਿਸ਼ ਕਰ ਰਿਹਾ ਸੀ ਪਰ ਨੰਬਰ ਧਾਵੀ ਦਾ ਹੋ ਗਿਆ। ਸੁਰਖਪੁਰ ਦੀ ਟੀਮ ਪਹੁੰਚ ਚੁੱਕੀ ਹੈ ਖੇਡ ਮੈਦਾਨ ਦੇ ਵਿੱਚ। ਜਥੇਦਾਰ ਮਲਕੀਤ ਸਿੰਘ ਦੌਲਤਪੁਰ ਤੇ ਭਗਵੰਤ ਸਿੰਘ ਦੌਲਤਪੁਰ ਉਹਨਾਂ ਦੀ ਟੀਮ, ਟ੍ਰਿਪੱਲੇ ਖਿਡਾਰੀ ਜਿਹੜੇ ਆ ਉਹ ਵੀ ਜਲਦ ਤੋਂ ਜਲਦ ਤਿਆਰੀ ਕਰਕੇ ਖੇਡ ਮੈਦਾਨ ਦੇ ਵਿੱਚ ਆਉਣਗੇ। ਸੁਰਖਪੁਰ ਦੀ ਟੀਮ ਪਹੁੰਚ ਚੁੱਕੀ ਆ ਔਰ ਟ੍ਰਿਪੱਲੇ ਦੀ ਟੀਮ ਜਲਦ ਤੋਂ ਜਲਦ ਤਿਆਰੀ ਕਰਕੇ ਖੇਡ ਮੈਦਾਨ ਦੇ ਵਿੱਚ ਰਿਪੋਰਟ ਕਰੇ। ਉਧਰਲੇ ਪਾਸੇ ਬਿੱਟੂ ਤੇ ਹੀਰਾ ਤਲਵੰਡੀ ਚੌਧਰੀਆਂ ਵਾਲਾ ਆਪਣੀ ਟੀਮ ਦੇ ਵਾਧਾ ਕਰ ਗਿਆ। ਜੋਤੀ ਅਗਲੀ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਅੰਦਰ। ਬਈ ਪੁਰ ਹੀਰਾਂ ਦੇ ਜੋਤੀ ਨੇ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਕਬੱਡੀ ਪਾਈ ਹੋਈ ਹੈ ਕਿ ਪੈਂਦੀਆਂ ਨੇ ਰੇਡਾਂ ਯਾਰੋ ਚੜ ਚੜ ਕੇ, ਦੇਖਦਾ ਜ਼ਮਾਨਾ ਯਾਰੋ ਖੜ ਖੜ ਕੇ। ਬਹੁਤ ਤਗੜਾ ਮੈਚ ਖੇਡ ਮੈਦਾਨ ਵਿੱਚ ਖੇਡਿਆ ਜਾ ਰਿਹਾ ਤੇ ਇਧਰਲੇ ਪਾਸੇ ਮੁੰਨਾ ਖੋਜੇ ਵਾਲੀ ਆ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾ ਰਿਹਾ। ਖੋਜੇ ਵਾਲ ਦੇ ਮੁੰਨੇ ਦੀ ਕਬੱਡੀ ਆ, ਬਿੰਦੂ ਮੇਘੋ ਵਾਲੀ ਆ ਖੇਡ ਮੈਦਾਨ ਦੇ ਵਿੱਚ। ਲਾਜਫਾ ਆਪਣੀ ਟੀਮ ਦੇ ਖਾਤੇ ਦੇ ਵਿੱਚ ਨੰਬਰ ਦਾ ਵਾਧਾ ਕਰਦਾ ਹੈ
ਤੇ ਨੰਬਰ ਸ਼ੇਰੇ ਪੰਜਾਬ ਸਪੋਰਟਸ ਕਲੱਬ ਆਦਮਪੁਰ ਦੀ ਟੀਮ ਦੇ ਖਾਤੇ ਵਿੱਚ ਜੁੜ ਗਿਆ। ਆ ਵੀ ਯੋਧਾ ਨੌਜਵਾਨ ਯੋਧੇ ਨੇ ਇੱਕ ਡੇਰਾ ਬਾਬਾ ਨਾਨਕ ਦੀ ਗੱਡੀ ਮੁੰਡੇ ਟੀਮ ਖੇਲਣ ਆਏ ਸੀ ਬਾਹਰ ਤੇ ਉਹ ਸ਼ੀਸ਼ੇ ਤੋੜ ਕੇ ਇੱਕ ਤਾਂ ਉਹਨਾਂ ਦਾ ਸਮਾਨ ਮੁੰਡੇ ਚੱਕ ਲਗਾਏ ਤੇ ਦੂਜਾ ਗੱਡੀ ਦੀ ਆਰ ਸੀ ਵੀ ਲੈ ਗਏ। ਉਹ ਬੜੀ ਬੇਵਕੂਫੀ ਆ, ਐਡੀ ਦੂਰੋਂ ਮੁੰਡੇ ਖੇਲਣ ਆਏ ਆ, ਜੇ ਕੰਮ ਸੇ ਕੰਮ ਸਮਾਨ ਤਾਂ ਜੋ ਲਿਜਾਣਾ ਲੈ ਜਾਓ, ਉਹਨਾਂ ਦੀ ਗੱਡੀ ਦੇ ਪੇਪਰ ਤਾਂ ਦੇ ਜਾਓ। ਸੋ ਕਿਸੇ ਵੀ ਤਰ੍ਹਾਂ ਭਾਵੇਂ ਗੱਡੀ ਦੇ ਲਾਗੇ ਸਿੱਟ ਦਿਓ, ਉਹਨਾਂ ਲਈ ਹੱਥ ਬੰਨ ਕੇ ਬੇਨਤੀ ਆ ਵੀ ਬਹੁਤ ਸ਼ਰਮ ਵਾਲੀ ਗੱਲ ਆ ਵੀ ਜੇ ਸਾਡੇ ਕਿਸੇ ਵੀ ਇਹ ਬਹੁਤ ਮਾੜੀ ਗੱਲ ਆਪਣੇ ਹਲਕੇ ਦੇ ਲੋਕਾਂ ਲਈ ਜੇ ਕਿਸੇ ਨੇ ਵੀ ਕਰਤੂਤ ਕੀਤੀ। ਹੈਲੋ ਬਈ, ਡੇਰਾ ਬਾਬਾ ਨਾਨਕ ਦੀ ਟੀਮ ਖੇਡ ਰਹੀ ਸੀ, ਗੱਡੀ ਪਿੱਛੇ ਖੜੀ ਸੀ ਸ਼ੀਸ਼ੇ ਤੋੜ ਕੇ। ਮੈਂ ਆਪਣੇ ਪੁਲਿਸ ਵਾਲੇ ਵੀਰਾਂ ਨੂੰ ਕਹਿੰਦਾ ਵੀ ਥੋੜ੍ਹਾ ਜਿਹਾ ਜਰਾਕ ਆਪਾਂ ਮੈਚ ਵੀ ਦੇਖੀਏ, ਥੋੜ੍ਹਾ ਜਿਹਾ ਰਹੋ ਕਿਉਂਕਿ ਹੁਣ ਹਨੇਰਾ ਹੋ ਗਿਆ, ਹੋ ਸਕਦਾ ਅਸੀਂ ਆਪਣੀਆਂ ਨੇ ਦੇਖੀਆਂ ਸਾਡੀਆਂ ਦੇ ਵੀ ਗੱਡੇ ਹੋਣ, ਇਹ ਤਾਂ ਜਦੋਂ ਗੱਡੀ ਕੋਲ ਜਾਵਾਂਗੇ ਫੇਰ ਪਤਾ। ਉਹ ਕਾਗਜ਼ ਆਧਾਰ ਕਾਰਡ ਸਾਰਾ ਕੁਛ ਉਹਨਾਂ ਦਾ ਉਹ ਇਕੱਠਾ ਕੀਤਾ ਹੋਇਆ ਸੀ, ਉਹ ਸਾਰਾ ਕੁਛ ਲੈ ਕੇ ਤਿੱਤਰ ਹੋਇਆ। ਸੋ ਕਾਇੰਡਲੀ ਉਹਨਾਂ ਦੇ ਪੇਪਰ ਜ਼ਰੂਰ ਦੇ ਦਿਓ ਭਰਾਵਾ। ਉਧਰੇ ਪਾਸੇ ਟਾਈਗਰ ਸਾਂਦਰੇ ਵਾਲਾ ਸੁਖਦੇਵ ਟਾਈਗਰ ਜਫਾ ਭਰ ਗਿਆ, 500 ਰੁਪਈਆ ਟਾਈਗਰ ਵਾਸਤੇ ਮੇਰੇ ਵੀਰੋ ਦਿੱਤਾ ਗਿਆ ਮਾਨ ਸਨਮਾਨ ਪੰਮ ਢੀਂਡਸੇ ਵੱਲੋਂ। ਪਾਓ ਵੀ ਕਬੱਡੀ ਨੌਜਵਾਨ ਮੁੰਨਿਆ, ਪਾ ਕਬੱਡੀ ਨੌਜਵਾਨ ਮੁੰਨਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਬਈ ਖੋਜੇਵਾਲ ਪਿੰਡ ਹੈ ਮੁੰਨੇ ਦਾ, ਜੱਗੇ ਦਿਓਲ ਹੁਣਾਂ ਦਾ ਪਿੰਡ ਵੀ ਖੋਜੇਵਾਲ ਆ, ਜਿਹੜੇ ਯੂਰਪ ਦੇ ਵਿੱਚ ਵੱਡੀ ਟੀਮ ਖੜਾਉਂਦੇ ਹੋਲੈਂਡ ਦੇ, ਹੋਲੈਂਡ ਵਾਸਤੇ। ਤੇ ਇਧਰਲੇ ਪਾਸੇ ਜੱਗਾ ਉਹ ਕਹਿੰਦੇ ਵੀ ਮੁੰਨਾ ਖੋਜੇਵਾਲ ਬਿੱਟੂ ਪੁਰ ਹੀਰਾ ਵਾਲਾ ਗੁੱਟ ਫੜਦਾ ਕਦੇ ਗਿੱਟੇ ਨੂੰ ਚੁੱਕਦਾ ਹੈ, ਸਮਾਂ ਬੀਤਦਾ ਜਾ ਰਿਹਾ ਹੈ। ਉਧਰਲੇ ਪਾਸੇ ਨੰਬਰ ਖੋਜੇਵਾਲ ਦਾ ਮੁੰਨਾ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਗਿਆ ਹੈ। ਜੋਬਨ ਟਰੱਕਿੰਗ ਐਡਮੰਟਨ ਕੈਨੇਡਾ ਵਾਲਿਆਂ ਦੀ ਟੀਮ ਦੇ ਖਾਤੇ ਦੇ ਵਿੱਚ ਨੰਬਰ ਦਾ ਵਾਧਾ ਹੋ ਚੁੱਕਿਆ। ਯੋਧੇ ਘੱਸ ਵਾਲੇ ਦੀ ਕਬੱਡੀ ਮੈਦਾਨ ਦੇ ਵਿੱਚ ਪੈਂਦੀ ਹੋਈ, ਲਵ ਸਾਂਦਰੇ ਦਾ ਲੱਠਾ ਕੋਠੇ ਜੱਟਾਂ ਦਾ ਤੇ ਟਾਈਗਰ ਬੱਡੀ ਸਾਹਿਬ ਇਧਰ ਆ ਜਰਾ। ਬਈ ਟਰਪੱਲੇ ਦੀ ਟੀਮ ਵੀ ਪਹੁੰਚ ਚੁੱਕੀ ਹੈ, ਸੁਰਖਪੁਰ ਦੀ ਟੀਮ ਵੀ ਪਹੁੰਚ ਚੁੱਕੀ ਹੈ। ਅਗਲਾ ਮੈਚ ਵੀ ਸ਼ਾਨਦਾਰ ਖੇਡਿਆ ਜਾਣਾ, ਸਿਮਰਨ ਵਾਹ ਸਿਮਰਨ ਸਾਂਦਰੇ ਪਿੰਡ ਦਾ ਤੇ ਬਿੰਦੂ ਮੇਗੋ ਵਾਲੀ ਆ ਮੇਰੇ ਵੀਰੋ। ਖੇਡ ਮੈਦਾਨ ਦੇ ਵਿੱਚ ਸ਼ਾਨਦਾਰ ਮੁਕਾਬਲਾ ਚੱਲ ਰਿਹਾ ਹਨ ਤੇ ਦੂਰ ਕਰਦਾ ਮੇਰੇ ਵੀਰੋ ਬੱਲੇ 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 ਬੱਲੇ, ਕਹਿੰਦੇ ਵੀ ਹੁਣ ਜੱਫਾ ਬਿੰਦੂ 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 ਮੇਗੋ ਵਾਲੋ ਨੰਬਰ ਮਿਗ ਵਾਲੀਏ ਬਿੰਦੂ ਦਾ ਵੱਡਾ ਮਾਣ ਬਿੰਦੂ ਮੇਗੋ ਵਾਲੀਏ ਵਾਸਤੇ 500। ਚੇਅਰਮੈਨ ਮੇਜਰ ਸਿੰਘ ਜੀ ਹਰੀਪੁਰ ਵਾਲਿਆਂ ਵੱਲੋਂ ਵੱਡਾ ਮਾਣ ਪੁੱਜ ਰਿਹਾ। ਤੇ ਇਧਰਲੇ ਪਾਸੇ ਯੋਧੇ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਆ, ਘੱਸ ਪਿੰਡ ਦਾ ਯੋਧਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾ ਰਿਹਾ। ਚੱਲ ਵੀ ਲੱਖਾ ਵੀ ਤਿਆਰ ਹੈ, ਲਵ ਕਰ ਰਿਹਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ, ਪਰ ਨੰਬਰ ਸ਼ੇਰੇ ਪੰਜਾਬ ਸਪੋਰਟਸ ਕਲੱਬ ਆਦਮਪੁਰ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ। ਚੱਲ ਵੀ ਹੀਰਾ ਪਾ ਕਬੱਡੀ ਨੌਜਵਾਨ ਹੀਰਾ ਤਲਵੰਡੀ ਚੌਧਰੀਆਂ ਵਾਲਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਵਾਸਤੇ ਵਧਿਆ। ਇੱਕ ਪਾਸੇ ਜੱਗਾ ਹਰੀਪੁਰੀ ਆ, ਨਾਲ ਬਿੰਦੂ ਮੇਗੋਵਾਲ ਪਿਪਲੀ ਤੇ ਬਿੱਟੂ, ਤੇ ਉਧਰਲੇ ਪਾਸੇ ਬਿੰਦੂ ਨੇ ਕੋਸ਼ਿਸ਼ ਕੀਤੀ ਤੇ ਨੰਬਰ ਰੇਡਰ ਦੇ ਖਾਤੇ। ਚੱਲ ਵੀ ਜੋਤੀ ਪੁਰ ਹੀਰਾ ਵਾਲਾ ਅਗਲੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ। ਇਧਰਲੇ ਪਾਸੇ ਹੁਣ ਪੁਰ ਹੀਰਾ ਵਾਲੇ ਜੋਤੀ ਦੀ ਕਬੱਡੀ ਆ, ਚਾਰ ਜਾਫੀ ਤਿਆਰ ਵਰ ਤਿਆਰ ਨੇ, ਮੈਚ ਸੈਮੀ ਫਾਈਨਲ ਖੇਡ ਮੈਦਾਨ ਦੇ ਵਿੱਚ ਚੱਲ ਰਿਹਾ ਹੈ। ਤੇ ਕਿਹੜਾ ਡੱਕੂ ਨੌਜਵਾਨ ਨੂੰ ਖੇਡ ਮੈਦਾਨ ਦੇ ਵਿੱਚ ਸਮੇਂ ਦੀਆਂ ਗੱਲਾਂ ਹੈ। ਤੇ ਉਧਰਲੇ ਪਾਸੇ ਲਵ ਦੂਸਰੇ ਪਾਸੇ ਜੋਤੀ ਹੋਇਆ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਕਿ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇਵੇਂ ਖਾਣੀ, ਆਹ ਨੰਬਰ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ। ਅਗਲੀ ਕਬੱਡੀ ਫਿਰ ਹੀਰੇ ਦੀ, ਹੀਰਾ ਹੀਰਾ ਤਲਵੰਡੀ ਚੌਧਰੀਆਂ ਦਾ ਵਾਹ, ਹੀਰੇ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈਣ ਲੱਗੀ ਹੈ। ਬਿਲਕੁਲ
अंतम विच दोनों टीमों के दरमियान मैच चल रहा है। जग्गा हरीपुरी है करू कमाल या फिर बिट्टू करू कमाल, मेरे वीडियो के समय की गल होगी। और तलवंडी चौधरिया का पिपली है, पिपली दो नंबर तो जफा भरदा नंबर जाफी का बई नंबर जाफी के खाते में जुड़ता हुआ। चल भी ज्योति पा कबड्डी नौजवान एक एक कबड्डी बाकी इस मैच की है। जोबन प्रकंग एडमंटन कनेडा की टीम ते शेरे पंजाब स्पोर्ट्स क्लब आदमपुर की टीम का सैमी फाइनल मैच बड़े चोटी का खेल मैदान में चल रहा। ज्योति पुर हीरा दा लखा इधर नन्नी साहब भी आए हैं। हाँ जी क्या बात है, गोपाल प्रिया तरिंदर सिंह नन्नी मेरे वीडियो साडे इलाके का महान धावी है। गोपाल प्रिया नन्नी पुजिया लाडी जी तुहाडा भी स्वागत है। दूड़ा साहब जी आयां आखदे आ तरिंदर नन्नी गोपाल प्रिया मेरे वीरों खेड़ मैदान में पुज रहा है। सो इहदा भी धन्नवाद है जी आयां नूं साडे अपने हल्के का महान खिलाड़ी। आपस दे विच कोई गल नहीं कर रही, जे लाइन तो बाहर गए तो दूजे पासे नूं नंबर दिता जाऊगा। पिछे 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 हैलो मैच बहुत तगड़ा चल रहा दोनों टीमों के दरमियान। भाई मैच शुरू कर दे। लाडी जी दूड़े पिंड वाले कहते भी लखा जफे लावेगा तो बड़े मार दते जाएंगे। लखे की खेड नूं प्यार करदा साडा वीर लाडी दूड़े पिंड दा गोपाल प्रिय तरिंदर सिंह नन्नी की खेड नूं डाढ़ा प्यार करदा है। खैर गोपाल प्रिय तरिंदर सिंह नन्नी साडे हल्के का महान खिलाड़ी है। कोई रौला नहीं, जेड़े जेड़ा टाइम रहिंदा धन्यवाद भाई। कल नूं जिथे करतारपुर की धरती से बड़ा खेड मेला हो रहा है, सारिआं नूं सद्दे पिंड पद्धर उपन दीआं टीमां खेडणगीआं। राजा रंधावा जी रंधावा फार्म वाले भी पुज्जे तरिंदर नन्नी हुणां दे नाल लाडी जी हुणां दे नाल। मैं धन्नवाद करदा साडा वीर राजा रंधावा जी भी पुज्जे आ। सो धन्नवाद बहुत बहुत जीआं नूं लाडी जी दा राजे जी दा ते नन्नी गोपाल प्रिय सुपरस्टार खिलाड़ी दा। इस सीजन दे विच कहिंदे वी दो ट्रैक्टर लंडियां जीपां का जेतू अल्टो कारां का जेतू है तो मोटरसाइकलों की तो लाडी जी मैनूं गिनती भुल गई। हुण ये माण बख्शिया परमात्मा ने गोपाल प्रिय तरिंदर सिंह नन्नी नूं अज नाम चलदा खेड मैदानां दे विच। जदों संघवाल की कहिंदे वी किशनगढ़ एरिए की गल चलती है, दौलतपुर पिंड का जदों नाम गूंजदा है, ब्यास पिंड की जदों गल चलती है, तो फिर छोटा जिहा पिंड गोपालपुरा है जिहड़ा अज दुनिया दे विच नन्नी ने प्रसिद्ध किया है। सो बहुत वड्डी देण बख्शी है परमात्मा ने मच्छर सिंह दे परिवार दे। रूल आ कोई भी फॉलो करो, तुसीं आपो अपने रूल ना बनाई जाओ, जे कोई कमेटी का रूल आ उहनूं भी करन दिओ ना फॉलो। हैलो मैच नूं चालू कराओ भाजी। देखो संगत तुहाडी लड़ाई देखण नूं नहीं बैठी, ये सिर्फ तुहाडे मैच देखण नूं बैठी आ। मेरे रैफरी साहबान ते अनाउंसर साहब हैं, तो ही दसो की ये इहदा इलाज कढो दो वापस दे विच। भाई जो फैसला रैफरी ने करना मेरे वीरो स्प्रे पहुंचती कर दे। चल भी मुन्या पा कबड्डी नौजवान बई जे मैच लग रहा कि ताड़ियां खुल के मार दे दोनों टीमों के खिलाड़ियों वास्ते। इधरले पासे मुन्ना खोजेवाल, उधरे पासे जग्गा बिंदू पिपली है,
उधले पासे हाँ बिंदु मेघोवाल ते उधले पासे मुन्ना खोजेवाल भी मुकाबला खेड़ मैदान हो गया है कि जट आया आई ते सुहाने ग्राउंड तो बाहर बाकी दे ग्राउंड तो बाहर भाई इन्हें रूल नु फॉलो करो बाकी बंदे ग्राउंड तो बाहर दर्शक भीर ग्राउंड तो बाहर हो सारिया टीम साडे सद्दे ते आईया सारिया साडे लई एक तो एक बढ़ के असीं सारिया दा सत्कार करदे आ पर आ जिहड़ी मैनूं गल नहीं तुहाडी वधिया लगी भी टीम विच जाके ग्राउंड दे विच किसे ने भी इंटरफेरेंस करना गुरदयाल बाहर दर्शक भीर ग्राउंड तो बाहर आओ दर्शक भीर गुरदयाल सिंह जी निजर साहब लो 500 रुपया बिंदू वास्ते क्योंकि लास्ट जफा बिंदू ने भरिया है गुरदयाल सिंह जी निचर साहब वालों 500 दे मान सम्मान नंबर किन्ने है वीरे हाँ जी नंबर दसो जी बी है आदमपुर दे ते 18.5 है सांधरे दे चलो भाजी दूजी दूजी टीम चालू मैच चालू कराओ भाजी हेलो भाई मैं तो पहले क्या मैदान कुछ भी हो सकता है अद्धे समय से 5-11 पाल जी का पाल साहब भाजी ने भी जाना दूजे भाजी ने जाना उन्हें भी चल जाना ताज सिंह कालकड़ साहब आ गए अपना सन्मान लाओ ते नाल राजकुमार पाल जी हेलो बढ़िया मैच खेडिया गया ते शेरे पंजाब स्पोर्ट्स क्लब आदमपुर की टीम ताजी जीतू रही है तिरवाल साहब निचर साहब इधर आके सम्मान करो तिरवाल साहब बापू जी आओ तिरवाल साहब आ जाओ यह निरे कपड़े के व्यापारी निगे है ये साडे वड्डे भाई साहब आ ते असीं जदों भी कितें वेले कवेले राहे गवाहे जदों भी इन्हां नूं सेवा लाई दी आ किसी भी काम लई पर लाईए समाज सुधार के नहीं कह दईए पेटी लै दिओ बई इदां दे काम लई सानूं कदी ना नहीं करदे पाल साहब कालकड़ साहब आओ तुसीं भी नाल मेजर सिंह जी इधर आओ अगले साल भी लैणे आपां राजपाल जी केंद्र दुकान से आ जाओ पाल जी जो मर्जी ले जाओ कालकड़ साहब भी कर कालकड़ साहब कालकड़ साहब इधर आओ आओ जी कालकड़ साहब हाँ जी ताज कालकड़ जी यूएसए 5100 रुपया दिता ते अमेरिका तो परसों पहुंचे आ जसपाल सिंह जी हरिपुर कालकड़ साहब ने कहा वे बड़े मान सम्मान अगले टूरनामेंट च आके पहला खुद करांगे सो असी बेनती करते हैं वे अगली बार जो कार्ड छपू पहला कार्ड व्हाट्सएप इन्हों के फोन से जाओ हाँ 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 जी पिंडू ते मनी अपनी टीम के कोल पुजे जी साडा वीर हरखोवाल की टीम के कोल पिंडू ते मनी साडा वीर टीम के कोल पुजे अपनी कोल नन्नी गोपालपुरिया साडा छोटा भरा नन्नी एक स्टार प्लेयर साडे हल्के च उठा उदा मान सम्मान भी कमेटी करूगी नन्नी भाजी सर जरनैल सिंह जी दीपी बाबे दा करता नन्नी भाजी जरनैल सिंह कंदोला सरपंच अदेसिया लैंबर सिंह जी नन्नी भाजी चलो जी थैंक यू एक मिनट मार नन्नी साड़ी हल्के की शान इन्हों का असी अपने लो इत्थे आउण ते टूरनामेंट ते बहुत बहुत धन्यवाद करते हैं लैंबर सिंह जी सरपंच देसिया सुखवीर सिंह लंबड़दार अर्जनवाल
सुखदेव सुखवीर सिंह लंबड़दार अर्जनवाल बिल्ला डिंगरिया नाले बिल्ले भाजी दूजे भी दोने आ जाओ मनजीत सिंह लाडी बिंदा गरेवाल हाँ जी करता करता आओ जी आओ कोई नहीं मान सम्मान जिहड़े इधरले पासे जरूरी किए जा रहे ने पहला अच्छा आओ जी आओ आओ बिल्ला डिंगरिया बिल्ला भाजी ढडौर साढ़े बड़े वीर जी पिंदा अर्जनवाल इंद्रजीत अर्जनवाल लाडी भाजी धर्मपाल मिल गया ना इंद्रजीत अर्जनवाल बड़े मान सम्मान जिहड़े इधरले पासे कीते जा रहे ने ते मैच भी चोटी दा और सज्जे पासे जिहड़ी टीम है ढेसी साहब हो गया तुहाडा अच्छा साडे सत्कारयोग सरदार भगवंत सिंह जी अच्छा मैच स्टार्ट हो गया हुण आपां पहली कबड्डी पाउण दे वास्ते मैदान दे विच हरमन गोसल वधिया होया पहली कबड्डी पाउण दे लई तरपल्लियां दी टीम दे वल्लों पहला नंबर माझे दी टीम दा एक एक नंबर इस टीम दा कीमती है एक एक पॉइंट इस मैच दा देखण वाला लर रेशम चंदे वाला अगली कबड्डी पाउण दे वास्ते बिल्कुल तैयार बर तैयार और साडे बहुत ही सत्कारयोग वड्डे माण वी दित्ते जाणगे इस टीम नूं लर रेशम की कबड्डी के पर्दे इधले पासे दातर दातर पहली कबड्डी के ऊपर पहला जफा लाओ लेकिन पॉइंट रेडो के वास्ते जुड़ता हुआ नंबर धावी दे से चल भी सेठी पा कबड्डी आ देखा गया भी तरवलिया की टीम का सेठी साडे बहुत ही सत्कारयोग सरदार भगवंत सिंह जी दौलतपुर ते साडे जथेदार मलकीत सिंह जी दौलतपुर उन्हां दी इह स्पॉन्सर कीती है टीम जिहड़ी खेड रही है मेरे तो सज्जे पासे आ देखांगे भी सेठी की कबड्डी के ऊपर याडे वर्गे प्यारे वर्गे चार खिलाड़ी बिल्कुल तैयार रहे ते प्यारा डकन की कोशिश करता ते पॉइंट रेडर दे वास्ते जुड़ता हुआ नंबर इसने तरपल्लिया की टीम दिशे जुड़ गया चल भी राणिया पागली कबड्डी नौजवान लाइदरे पासे अगली कबड्डी पाउण दे वास्ते इह आ मैदान दे अंदर राणा सुरखपुरी है राणे दी रेड दे उपर चारां दे विचों जस्सा राजपुर भाईआं मौड़ा बल्ले 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 ताड़ी खिच के मारदे अपने एरिए दा खिलाड़ी है मैदान दे विच 500 रुपया वड्डे मान सम्मान साडे सत्कारयोग जथेदार मलकीत सिंह जी दौलतपुर वाले वड्डे मान सम्मान कर रहे ने चल भी हरमन सिया पा अगली कबड्डी हरमन गोसल अगली कबड्डी पाउण दे वास्ते फिर मैदान दे विच वध के रेड पा रहा है वध के पईए रेड दे उपर हुण देखदे वी चारां दे विचों यादा जाफर प्यारा डकण लई करू कोशिश इधले पासे यादविंदर सिंह लांदा यादगरी है जफे लेकिन पॉइंट रेडर दे वास्ते जा जो